ਕੇਂਦਰੀ ਬਜਟ ਆ ਚੁੱਕਾ ਹੈ ਜਿੱਥੇ ਮੋਦੀ ਸਰਕਾਰ ਇਸਨੂੰ ਇਤਿਹਾਸਕ ਬਜਟ ਦੱਸ ਰਹੀ ਹੈ ਤਾਂ ਵਿਰੋਧੀ ਧਿਰਾਂ ਇਸਨੂੰ ਖੋਖਲਾ ਕਰਾਰ ਦੇ ਰਹੀਆਂ ਹਨ। ਇਸ ਬਜਟ ਵਿੱਚ ਪੰਜਾਬ ਦੀ ਹੋਈ ਅਣਦੇਖੀ ਤੋਂ ਸਨਅਤਕਾਰ ਖਾਸੇ ਖਫਾ ਹਨ ਅਤੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਉਸ ਵੱਲੋਂ ਕੀਤੇ ਵਾਅਦੇ ਯਾਦ ਦਵਾ ਰਹੇ ਹਨ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 28 ਮਈ ਨੂੰ ਦਿੱਤੇ ਭਰੋਸੇ ਵੇਲੇ ਪੰਜਾਬ ਦੇ ਸਨਅਤਕਾਰਾਂ ਨੇ ਕੇਂਦਰੀ ਬਜਟ 2024 ਲਈ ਸੁਝਾਅ ਭੇਜੇ ਸਨ, ਉਹ ਧਰੇ ਦੇ ਤਰਾਏ ਰਹਿ ਗਏ, ਜਦੋਂ ਕਿ ਉਹਨਾਂ ਵਿੱਚੋਂ ਕੁਝ ਨੇ ਕਿਹਾ ਕਿ ਸੀਤਾਰਮਨ ਦੇ ਭਰੋਸੇ ਅਸਪਸ਼ਟ ਹਨ, ਬਾਕੀਆਂ ਨੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਲੁਧਿਆਣਾ ਤੋਂ ਮਹੇਸ਼ ਗੁਪਤਾ ਪ੍ਰਧਾਨ ਫਰਨੇਸ ਅਲਾਇੰਸ ਦਾ ਕਹਿਣਾ ਹੈ ਕਿ ਕੇਂਦਰੀ ਵਿੱਤ ਮੰਤਰੀ ਨੇ ਪੈਕੇਜਾਂ ਦੇ ਮਾਮਲੇ ਵਿੱਚ ਬਿਹਾਰ, ਆਂਧਰਾ ਪ੍ਰਦੇਸ਼ ਅਤੇ ਇੱਥੋਂ ਤੱਕ ਕਿ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਪਰ ਪੰਜਾਬ ਦਾ ਕੋਈ ਜ਼ਿਕਰ ਨਹੀਂ ਸੀ। ਅਸੀਂ ਪਿਛਲੇ 10 ਸਾਲਾਂ ਤੋਂ ਪੈਕੇਜ ਦੀ ਮੰਗ ਕਰ ਰਹੇ ਹਾਂ। ਇਸੇ ਤਰ੍ਹਾਂ ਦੀਆਂ ਮੰਗਾਂ ਦਾ ਇੱਕ ਸਮੂਹ ਹਰ ਸਾਲ ਉਹਨਾਂ ਦੇ ਮੇਜ਼ਾਂ 'ਤੇ ਪਹੁੰਚ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਉਹਨਾਂ ਦੀ ਤਰਜੀਹ ਵਿੱਚ ਨਹੀਂ ਹੈ ਪਰ ਉਹ ਸੂਬੇ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਵੇਖ ਰਹੇ ਹਨ। ਸੁਦਰਸ਼ਨ ਜੈਨ ਪ੍ਰਧਾਨ ਨਿਟਵੇਅਰ ਐਂਡ ਅਲਾਈਡ ਮਸ਼ੀਨਰੀ ਐਸੋਸੀਏਸ਼ਨ ਲੁਧਿਆਣਾ ਦਾ ਕਹਿਣਾ ਹੈ ਕਿ ਕੇਂਦਰੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸਪੈਂਡੈਕਸ ਧਾਗੇ 'ਤੇ ਕਸਟਮ ਡਿਊਟੀ 7.5% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ, ਜੋ ਕਿ ਇੱਕ ਸਵਾਗਤਯੋਗ ਕਦਮ ਹੈ। ਇਸ ਧਾਗੇ ਦੀ ਵਰਤੋਂ ਖਿੱਚਣਯੋਗ ਫੈਬਰਿਕ ਬਣਾਉਣ ਲਈ ਕੀਤੀ ਜਾਂਦੀ ਹੈ, ਹਾਲਾਂਕਿ ਇਸ ਦੀ ਵਰਤੋਂ ਕੁੱਲ ਧਾਗੇ ਦੀ ਵਰਤੋਂ ਦੇ 5% ਤੋਂ ਵੱਧ ਨਹੀਂ, ਇਸ ਲਈ ਇਸਦਾ ਟੈਕਸਟਾਈਲ ਉਦਯੋਗ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਸੋਨੂ ਨਿਲੰਬਰ ਪ੍ਰਧਾਨ ਕੱਪੜਾ ਮਰਚੈਂਟ ਐਸੋਸੀਏਸ਼ਨ ਪੰਜਾਬ ਦਾ ਕਹਿਣਾ ਹੈ ਕਿ ਕੇਂਦਰੀ ਬਜਟ 2024 ਨਿਵੇਸ਼ ਅਤੇ ਨਵੀਨਤਾ ਨੂੰ ਹੁਲਾਰਾ ਦਿੰਦੇ ਹੋਏ ਬੁਨਿਆਦੀ ਢਾਂਚੇ, ਸਿਹਤ ਸੰਭਾਲ ਅਤੇ ਸਿੱਖਿਆ ਵਰਗੇ ਪ੍ਰਮੁੱਖ ਖੇਤਰਾਂ ਨੂੰ ਸੰਬੋਧਿਤ ਕਰਦੇ ਹੋਏ ਵਿਕਾਸ ਅਤੇ ਭਲਾਈ ਦੀ ਸੰਤੁਲਨ ਪਹੁੰਚ ਨੂੰ ਦਰਸਾਉਂਦਾ ਹੈ। ਛੋਟੇ ਕਾਰੋਬਾਰਾਂ ਅਤੇ ਆਮ ਆਦਮੀ ਸਮੇਤ ਸਾਰੇ ਹਿੱਸੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਪ੍ਰਭਾਵਸ਼ਾਲੀ ਲਾਗੂ ਕਰਨਾ ਮਹੱਤਵਪੂਰਨ ਹੋਵੇਗਾ। ਬਦਕਿਸਮਤੀ ਨਾਲ ਪੰਜਾਬ ਦੇ ਕਿਸਾਨਾਂ, ਵਪਾਰੀਆਂ ਜਾਂ ਉਦਯੋਗਾਂ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ। ਅਸੀਂ ਇਸ ਕੇਂਦਰੀ ਬਜਟ ਵਿੱਚ ਬਿਹਾਰ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਉਲਟ ਵੱਡੇ ਵਿਕਾਸ ਪ੍ਰੋਜੈਕਟਾਂ ਤੋਂ ਅਜੇ ਵੀ ਵਾਂਝੇ ਹਾਂ। ਗੁਰਮੀਤ ਸਿੰਘ ਕੁਲਾਰ ਪ੍ਰਧਾਨ FICO ਦਾ ਕਹਿਣਾ ਕਿ ਕੇਂਦਰੀ ਬਜਟ 2024 ਵਿੱਚ MSME ਸੈਕਟਰ ਲਈ ਬਹੁਤ ਕੁਝ ਨਹੀਂ ਹੈ। 43BH ਤੋਂ ਰਾਹਤ ਮੰਗੀ ਗਈ ਸੀ ਪਰ ਉਸ ਮੋਰਚੇ 'ਤੇ ਕੁਝ ਨਹੀਂ ਕੀਤਾ ਗਿਆ। MSME ਲਈ ਬਿਨਾਂ ਕਿਸੇ ਜਮਾਤੀ ਅਤੇ ਗਰੰਟੀ ਦੇ ਮਸ਼ੀਨਰੀ ਅਤੇ ਉਪਕਰਨਾਂ ਦੀ ਖਰੀਦ ਲਈ ਨਵੇਂ ਮਿਆਦੀ ਕਰਜ਼ੇ ਇੱਕ ਸਵਾਗਤਯੋਗ ਕਦਮ ਹੈ। ਸੋ ਸਨਅਤਕਾਰ ਇਸ ਬਜਟ ਤੋਂ ਕੁੱਲ ਮਿਲਾ ਕੇ ਨਿਰਾਸ਼ ਹੀ ਨਜ਼ਰ ਆ ਰਹੇ ਹਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।